ਕੈਨੇਡੀਅਨ ਖਬਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਲੈ ਕੇ ਆ ਰਹੀ ਹੈ, ਬਦਲ ਗਏ ਕੈਨੇਡਾ ਵਿੱਚ ਨੌਕਰੀ ਦੇ ਨਿਯਮ, ਜਾਣੋ ਕਿ ਕਿਵੇਂ ਕਰ ਸਕਦੇ ਹੋ ਤੁਸੀਂ ਅਪਲਾਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਕੈਨੇਡਾ ਵਿੱਚ ਆਉਣ ਅਤੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਵੱਡਾ ਫੈਸਲਾ ਲਿੱਤਾ। ਸਰਕਾਰ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨਿਯਮਾਂ ਨੂੰ ਅਪਡੇਟ ਕੀਤਾ। ਨਵੇਂ ਨਿਯਮ 1 ਨਵੰਬਰ 2024 ਤੋਂ ਲਾਗੂ ਹੋਣਗੇ, ਜਿਨ੍ਹਾਂ ਵਿੱਚ PGWP ਲਈ ਨਵੇਂ ਯੋਗਤਾ ਮਾਪਦੰਡ ਬਣਾਏ ਗਏ ਨੇ। ਕੈਨੇਡੀਅਨ ਸਰਕਾਰ ਨੇ ਕੁਝ ਉਦਯੋਗਾਂ ਵਿੱਚ ਮਜ਼ਦੂਰਾਂ ਦੀ ਘਾਟ ਨੂੰ ਨਜਿੱਠਣ ਲਈ ਨਵੇਂ ਨਿਯਮ ਤਿਆਰ ਕੀਤੇ ਨੇ। ਟਰੂਡੋ ਸਰਕਾਰ ਇਹ ਵੀ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਵਿਦਿਆਰਥੀਆਂ ਨੂੰ ਅੰਗਰੇਜ਼ੀ ਦੇ ਨਾਲ ਨਾਲ ਕੈਨੇਡਾ ਦੀ ਦੂਜੀ ਫਰੈਂਚ ਭਾਸ਼ਾ ਦਾ ਗਿਆਨ ਹੋਵੇ। ਗ੍ਰੈਜੂਏਸ਼ਨ ਤੋਂ ਬਾਅਦ ਕੈਨੇਡਾ ਵਿੱਚ ਰਹਿਣ ਅਤੇ ਕੰਮ ਕਰਨ ਦੀ ਯੋਜਨਾ ਬਣਾਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਹੁਣ PGWP ਪ੍ਰਾਪਤ ਕਰਨ ਲਈ ਨਵੀਂ ਜ਼ਰੂਰਤਾਂ ਨੂੰ ਪੂਰਾ ਕਰਨਾ ਪਵੇਗਾ, ਜਿਸ ਤੋਂ ਬਾਅਦ ਉਹ ਵਰਕ ਪਰਮਿਟ ਪ੍ਰਾਪਤ ਕਰਨ ਦੇ ਯੋਗ ਹੋਣਗੇ। ਨਵੇਂ ਨਿਯਮ ਬਹੁਤ ਸਖਤ ਕੀਤੇ ਗਏ ਨੇ, ਜਿਸ ਕਾਰਨ ਵਿਦਿਆਰਥੀਆਂ ਦੀ ਮੁਸ਼ਕਲਾਂ ਵਧਣ ਵਾਲੀਆਂ ਨੇ। PGWP ਨਿਯਮਾਂ ਵਿੱਚ ਸਭ ਤੋਂ ਮਹੱਤਵਪੂਰਨ ਤਬਦੀਲੀ ਪੇਸ਼ੇ ਮੁਹਾਰਤ ਟੈਸਟ, ਯਾਨੀ ਕਿ ਭਾਸ਼ਾ ਦਾ ਗਿਆਨ ਸਾਬਤ ਕਰਨ ਵਾਲੇ ਟੈਸਟ ਲਾਜ਼ਮੀ ਹੋਣਗੇ। ਪੋਸਟ ਗ੍ਰੈਜੂਏਸ਼ਨ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਫਰੈਂਚ ਵਿੱਚ ਮੁਹਾਰਤ ਸਾਬਤ ਕਰਨੀ ਪਵੇਗੀ, ਤਾਂ ਹੀ ਉਹਨਾਂ ਨੂੰ PGWP ਮਿਲੇਗਾ। ਅੰਗਰੇਜ਼ੀ ਵਿੱਚ ਵਿਦਿਆਰਥੀ ਨੂੰ CELP, IP ਅਤੇ IELTS ਵਿੱਚ ਅਤੇ PTE ਵਿੱਚ ਕੋਈ ਵੀ ਪ੍ਰੀਖਿਆ ਦੇਣੀ ਪਵੇਗੀ। ਵਿਦਿਆਰਥੀ ਫਰੈਂਚ ਭਾਸ਼ਾ ਵਿੱਚ ਆਪਣੀ ਮੁਹਾਰਤ ਸਾਬਤ ਕਰਨ ਲਈ TEF ਕੈਨੇਡਾ ਜਾਂ ਫਿਰ TCF ਕੈਨੇਡਾ ਦੀ ਪ੍ਰੀਖਿਆਵਾਂ ਦੇ ਸਕਦੇ ਨੇ। ਵਿਦਿਆਰਥੀ PGWP ਲਈ ਤਾਂ ਉਹ ਯੋਗ ਹੋਣਗੇ ਜੇਕਰ ਉਹ ਆਪਣੇ ਅਧਿਐਨ ਦੇ ਖੇਤਰ ਵਿੱਚ ਆਪਣੀ ਡਿਗਰੀ ਦੇ ਪੱਧਰ ਦੇ ਆਧਾਰ 'ਤੇ ਭਾਸ਼ਾ ਘੱਟੋ ਘੱਟ ਬੈਂਚਮਾਰਕ ਨੂੰ ਪੂਰਾ ਕਰਦੇ ਨੇ। ਬੈਚਲਰ, ਮਾਸਟਰ, ਡਾਕਟਰ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਪੜ੍ਹਨਾ, ਲਿਖਣਾ, ਸੁਣਨਾ ਅਤੇ ਬੋਲਣਾ, ਮਤਲਬ 4 ਯੋਗਤਾਵਾਂ ਵਿੱਚ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਪ੍ਰਾਪਤ 7 ਅੰਕ ਲਾਜ਼ਮੀ ਪ੍ਰਾਪਤ ਕਰਨੇ ਪੈਣਗੇ। ਸ਼ਰਤਾਂ ਇਸ ਲਈ ਰੱਖੀਆਂ ਗਈਆਂ ਨੇ ਤਾਂ ਜੋ ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਆਸਾਨੀ ਨਾਲ ਕੈਨੇਡਾ ਵਿੱਚ ਵਰਕ ਫੋਰਸ ਦੇ ਅੰਦਰ ਸ਼ਾਮਲ ਹੋ ਸਕਣ। ਕੈਨੇਡਾ ਨੇ PGWP ਦੇ ਨਵੇਂ ਨਿਯਮਾਂ ਇਸ ਤਰ੍ਹਾਂ ਬਣਾਏ ਨੇ ਕਿ ਉਹਨਾਂ ਸੈਕਟਰਾਂ ਵਿੱਚ ਵਰਕ ਫੋਰਸ ਨੂੰ ਵਧਾਇਆ ਜਾ ਸਕੇ ਜੋ ਲੰਬੇ ਸਮੇਂ ਤੋਂ ਕੰਮ ਦੀ ਕਮੀ ਨਾਲ ਜੂਝ ਰਿਹਾ। ਅਪਡੇਟ ਕੀਤੇ ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਕਿ ਕੁਝ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੇ ਮੁੱਖ ਖੇਤਰਾਂ ਨਾਲ ਜੋੜਨਾ ਹੋਵੇਗਾ ਜਿੱਥੇ ਕੈਨੇਡਾ ਨੂੰ ਹੁਨਰਵੰਦ ਕਾਮਿਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ। ਇਹ ਸੈਕਟਰ ਨੇ ਖੇਤੀਬਾੜੀ, ਐਗਰੀ ਫੂਡ, ਸਿਹਤ ਸੰਭਾਲ, ਵਿਗਿਆਨ, ਤਕਨੋਲੋਜੀ, ਵਪਾਰ, ਆਵਾਜਾਈ ਇਹਨਾਂ ਸੈਕਟਰਾਂ ਦੇ ਨਾਲ ਸੰਬੰਧਿਤ ਕੋਰਸਾਂ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਲਈ PGWP ਪ੍ਰਾਪਤ ਕਰਨਾ ਸੌਖਾ ਹੈ। ਹਾਲਾਂਕਿ ਦੂਜੇ ਖੇਤਰ, ਖਾਸ ਤੌਰ 'ਤੇ ਗੈਰ ਯੂਨੀਵਰਸਿਟੀ ਪ੍ਰੋਗਰਾਮਾਂ ਤੋਂ ਵਰਕ ਪਰਮਿਟ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਨਾ, ਇਹਨਾਂ ਸ਼ਰਤਾਂ ਨੂੰ ਪੂਰਾ ਲਾਜ਼ਮੀ ਕਰਨਾ ਪਵੇਗਾ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਬੈਚਲਰ, ਮਾਸਟਰ ਅਤੇ ਡਾਕਟਰ ਡਿਗਰੀ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਕਿਸੇ ਹੋਰ ਖੇਤਰ ਵਿੱਚ ਅਧਿਐਨ ਕਰਨ ਦੀ ਲੋੜ ਨਹੀਂ ਹੈ। ਇਹ ਉੱਥੇ ਦੱਸ ਦੇ ਕਿ ਇਹਨਾਂ ਵਿਦਿਆਰਥੀਆਂ ਕੋਲ ਕੈਨੇਡਾ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ PGWP ਲਈ ਅਰਜ਼ੀ ਦੇਣ ਦੇ 180 ਦਿਨ ਹੁੰਦੇ ਨੇ। ਜੇਕਰ ਕੋਈ ਵਿਦਿਆਰਥੀ PGWP ਪ੍ਰਾਪਤ ਕਰਨ ਤੋਂ ਪਹਿਲਾਂ ਕੰਮ ਕਰਨਾ ਚਾਹੁੰਦੇ ਨੇ, ਉਸਨੂੰ ਇੱਕ ਵੈਧ ਸਟੱਡੀ ਪਰਮਿਟ ਪ੍ਰਾਪਤ ਕਰਨਾ ਹੋਵੇਗਾ। ਬਿਨੈ ਕਾਰ ਦੌਰਾਨ ਵਿਦਿਆਰਥੀ ਨੂੰ ਆਪਣੀ ਡਿਗਰੀ ਜਾਂ ਡਿਪਲੋਮਾ ਆਧਾਰਿਤ ਪ੍ਰਤੀਲਿਪੀ ਜਾਂ ਫਿਰ ਆਪਣੀ ਸੰਸਥਾ ਤੋਂ ਪੂਰਾ ਹੋਣ ਦਾ ਪੱਤਰ ਦਿਖਾਉਣਾ ਹੋਵੇਗਾ। ਵਿਦਿਆਰਥੀ ਨੇ ਆਪਣੀ ਪੂਰੀ ਪੜ੍ਹਾਈ ਕਰ ਲਿੱਤੀ ਹੈ। ਅਪਡੇਟ ਕੀਤੇ ਗਏ ਨਿਯਮਾਂ ਵਿੱਚ ਇਹ ਵੀ ਦੱਸਿਆ ਗਿਆ ਕਿ ਗ੍ਰੈਜੂਏਟ ਹੁਣ ਐਂਟਰੀ ਪੋਰਟ PGWP ਲਈ ਅਰਜ਼ੀ ਨਹੀਂ ਦੇ ਸਕਦੇ। ਅਰਜ਼ੀ ਹੁਣ ਕੈਨੇਡਾ ਦੇ ਅੰਦਰੋਂ ਜਾਂ ਵਿਦੇਸ਼ਾਂ ਤੋਂ ਆਨਲਾਈਨ ਜਮ੍ਹਾਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਇਸ ਤੋਂ ਇਲਾਵਾ ਜਿਹੜੇ ਅਜਿਹੇ ਸੈਕਟਰਾਂ ਵਿੱਚ ਕੰਮ ਕਰਨਾ ਚਾਹੁੰਦੇ ਨੇ ਜਿੱਥੇ ਡਾਕਟਰੀ ਜਾਣ ਦੀ ਲੋੜ ਹੁੰਦੀ ਆ, ਉਹਨਾਂ ਨੂੰ PGWP ਅਰਜ਼ੀ ਦੇਣ ਤੋਂ 90 ਦਿਨ ਪਹਿਲਾਂ ਅਗਾਊ ਡਾਕਟਰੀ ਜਾਂਚ ਵੀ ਕਰਾਉਣੀ ਪਵੇਗੀ। ਜੇਕਰ ਕਿਸੇ ਵਿਦਿਆਰਥੀ ਦਾ ਸਟੱਡੀ ਪਰਮਿਟ ਮਿਆਦ PGWP ਪ੍ਰਾਪਤ ਹੋਣ ਤੋਂ ਪਹਿਲਾਂ ਖਤਮ ਹੋ ਗਈ ਹੈ ਤਾਂ ਉਹਨਾਂ ਕੋਲ ਸਟੱਡੀ ਪਰਮਿਟ ਕਰਨ ਲਈ 90 ਦਿਨ ਹੁੰਦੇ ਨੇ। ਵਿਦਿਆਰਥੀਆਂ ਨੂੰ ਆਪਣਾ ਸਟੱਡੀ ਪਰਮਿਟ ਪ੍ਰਾਪਤ ਕਰਨ ਲਈ PGWP ਐਪਲੀਕੇਸ਼ਨ ਦੀਆਂ ਫੀਸਾਂ ਦੋਵੇਂ IRCC ਨੂੰ ਜਮ੍ਹਾਂ ਕਰਾਉਣੀਆਂ ਪੈਣਗੀਆਂ। ਹਾਲਾਂਕਿ ਇਸ ਸਮੇਂ ਦੌਰਾਨ ਵਿਦਿਆਰਥੀ ਉਦੋਂ ਤੱਕ ਕੰਮ ਨਹੀਂ ਕਰ ਸਕਦੇ ਜਦੋਂ ਤੱਕ ਉਹਨਾਂ ਦੇ ਅਧਿਐਨ ਜਾਂ ਵਰਕ ਪਰਮਿਟ ਨੂੰ ਮਨਜ਼ੂਰੀ ਨਹੀਂ ਮਿਲ ਜਾਂਦੀ।